ਹੁਣ ਅੱਗਾਂ ਕੁਝ ਲੋਕ ਐਸੇ ਪੈਦਾ ਹੋ ਗਏ ਜਿਨ੍ਹਾਂ ਹਜ਼ਰਤ ਸੈਯਦਨਾ ਅਬੂ ਬਕਰ ਸਦੀਕ ਦੀ ਜ਼ਿੰਦਗੀ ਦੇ ਅੰਦਰ ਜਿੱਥੇ ਐਬ ਹੈ ਹੀ ਕੋਈ ਨਾ, ਜਿੱਥੇ ਕਮਜ਼ੋਰੀ ਹੈ ਹੀ ਕੋਈ ਨਾ, ਜਿਹੜੇ ਨਿਗਾਹ ਨਬੂਵਤ ਦੇ ਪਰਵਰਦਾਨ, ਜਿੱਥੇ ਐਬ ਦਾ ਸ਼ੁਭਾ ਹੀ ਨਹੀਂ, ਉਹਨਾਂ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਅਜਾ ਵੰਜ ਨੱਪੀ ਹੈ, ਉਹਨਾਂ ਦੀ ਜ਼ਿੰਦਗੀ ਦੇ ਬਾਕੀ ਸਾਰੇ ਮਿਸਾਲੀ ਪੁਆਇੰਟ, ਮਿਸਾਲੀ ਜਾਂ ਨਿਸਾਰੀਆਂ, ਮਿਸਾਲੀ ਖਿਦਮਤ ਗੁਜ਼ਾਰੀਆਂ, ਮਿਸਾਲੀ ਵਫਾਦਾਰੀਆਂ, ਮੁਸਤਫਾ ਕਰੀਮ ਤਜ਼ਾਦ ਉੱਤੇ ਮਰ ਮਿਟਣ ਦੀ ਸਾਰੀ ਜ਼ਿੰਦਗੀ ਦੇ ਹਰ ਹਰ ਪਹਿਲੂ, ਹਰ ਹਰ ਘੜੀ, ਉਹ ਸਾਰੀ ਉਹਨਾਂ ਪਾਸੇ ਰੱਖ ਕੇ ਤੇ ਬਦਬਖਤੀ ਦਾ ਇਹ ਨਿਸ਼ਾਨ ਹੈ ਕਿ ਉਹਨਾਂ ਉਹ ਵਿੱਚੋਂ ਜਿਹੜੀ ਇੱਕ ਗੱਲ ਹੈ ਉਹਨੂੰ ਚਾਹ ਕੇ ਸਾਰੇ ਮੁਆਸ਼ਰੇ ਦੇ ਅੰਦਰ ਸ਼ੁਰੂ ਹੋ ਗਏ। ਔਰ ਮੇਰੇ ਭਾਈ, ਅਗਰ ਖਾਮ ਖਾ ਉਹ ਇੱਕ ਲੋਕਾਂ ਨੂੰ ਦੱਸਣੀ ਵੀ ਹੈ ਤਾਂ ਦੂਏ ਪਾਸੇ ਦੂਈਆਂ ਵੀ ਤਾਂ ਰੱਖ, ਲੋਕ ਤੈਨੂੰ ਸਮਝਾ ਲੈ ਸਨ ਤੂੰ ਦੂਏ ਪਾਸੇ ਜਾਂ ਨਿਸ਼ਾਰੀਆਂ ਵੀ ਤਾਂ ਰੱਖਣਾ, ਫਾਰੂਕ ਆਜ਼ਮ ਦੀਆਂ ਵਫਾਦਾਰੀਆਂ ਵੀ ਤਾਂ ਰੱਖ, ਉਸਮਾਨ ਗਨੀ ਦੀ ਖਿਦਮਤ ਗੁਜ਼ਾਰੀਆਂ ਵੀ ਤਾਂ ਰੱਖ ਨਾ ਦੂਏ ਪਾਸੇ, ਕਿ ਮੁਸਤਫਾ ਕਰੀਮ ਨੇ ਹਜ਼ਰਤ ਉਸਮਾਨ ਗਨੀ ਦੇ ਬਾਰੇ ਕਿਤਨੀ ਵਾਰ ਫਰਮਾਇਆ ਕਿ ਜਣਾ ਜੰਨਤ ਖਰੀਦ ਲੈ ਗਿਆ, ਉਸੇ ਜ਼ਾਤ ਦੇ ਬਾਰੇ ਮੇਰੇ ਮਹਬੂਬ ਕਰੀਮ ਨੇ ਫਰਮਾਇਆ ਜੋ ਮਰਜ਼ੀ ਕਰੇ ਅੱਜ ਤੋਂ ਬਾਅਦ ਉਸਮਾਨ, ਜੋ ਮਰਜ਼ੀ ਕਰੇ ਇਹਨੂੰ ਰੱਬ ਨਹੀਂ ਪੁੱਛਣਾ, ਉਸੇ ਬੰਦੇ ਦੇ ਬਾਰੇ ਇੱਕ ਪਾਸੇ ਰੱਖਣਾ ਇਹ ਫਰਮਾਨ, ਹਜ਼ੂਰ ਦਾ ਫਰਮਾਨ ਇੱਕ ਪਾਸੇ ਰੱਖ, ਫਿਰ ਤੈਨੂੰ ਸਮਝ ਆਵੇ। ਤੂੰ ਜੇ ਇੱਕ ਵਿੱਚੋਂ ਲੈ ਕੇ ਜ਼ਿੰਦਗੀ ਦੇ ਵਿੱਚੋਂ ਇੱਕ ਪੁਆਇੰਟ ਲੈ ਕੇ ਆਪਣੀ ਮਰਜ਼ੀ ਦੀ ਤਸ਼ਰੀਹ ਕਰਕੇ ਸ਼ੁਰੂ ਹੋ ਗਿਆ, ਇੰਜ ਨਹੀਂ ਗੱਲ। ਰੱਖ ਸਿਆਬਾ ਦੀਆਂ ਜ਼ਿੰਦਗੀਆਂ ਕਲਮਾ ਪੜ੍ਹਨ ਤੋਂ ਲੈ ਕੇ ਤੇ ਹਜ਼ੂਰ ਦੇ ਮਜ਼ਾਰੇਪੁਰ ਅਨਵਾਰ ਦੇ ਵਿੱਚ ਵਹਿਨਿਆਂ ਤੱਕ, ਤੇ ਆਪਣੀ ਜ਼ਿੰਦਗੀ ਦੇ ਆਖਰੀ ਲਮਹੇ ਤੱਕ ਸਿਆਬਾ ਦੀਆਂ ਸਾਰੀ ਜ਼ਿੰਦਗੀ ਦੇ ਸਾਰੇ ਪਹਿਲੂ ਰੱਖਣਾ ਲੋਕਾਂ ਦੇ ਸਾਹਮਣੇ, ਤੇ ਫਿਰ ਜਿਹੜੀ ਤੇਰੀ ਤਬੀਅਤ ਜਿੱਥੇ ਅਟਕਦੀ ਪਈ ਹੈ ਉਹ ਵੀ ਰੱਖ, ਫਿਰ ਤੋਲ ਤਰੱਕੜੀ, ਫਿਰ ਤੈਨੂੰ ਸਮਝ ਆ ਸਕੇ ਕਿ ਉਹਨਾਂ ਦੀਆਂ ਵਫਾਦਾਰੀਆਂ ਕਿਤਨੀਆਂ ਜਾਂ ਨਿਸਾਰੀਆਂ ਕਿਤਨੀਆਂ। ਇੱਥੇ ਸਾਰੀ ਜ਼ਿੰਦਗੀ ਮੁਖਾਲਫਤ ਕਰਨ ਵਾਲਾ ਕਿਸੇ ਇੱਕ ਔਖੇ ਵੇਲੇ ਨਾਲ ਖਲੋਰ ਆਵੇ ਤੇ ਲੋਕ ਆ ਦਿਨ ਬਸ ਯਾਰ ਅੱਗੇ ਪਿੱਛੇ ਤਾਂ ਬਹੁ ਮਾੜਾ ਕੀਤਾ ਪਰ ਇਹ ਵੇਲਾ ਚੰਗਾ ਨਿਭਾ ਗਿਆ, ਬਾਕੀ ਛੋੜੋ, ਬਾਕੀ ਔਖੇ ਵੇਲੇ ਨਿਭਾ ਗਿਆ, ਬਾਕੀ ਛੋੜੋ ਸਾਰੀਆਂ। ਇੱਕ ਵੇਲੇ ਦੀ ਲੋਕ ਇਤਨੀ ਕਦਰ ਕਰ ਵੈਨੇ ਆ ਦਿਨ ਬਈ ਬਾਕੀ ਸਾਰੀ ਜ਼ਿੰਦਗੀ ਸਾਡੇ ਮੁਖਾਲਿਫ ਰਿਹਾ ਹੈ, ਲੇਕਿਨ ਇੱਕ ਉਸ ਔਖੇ ਵੇਲੇ ਸਾਡੀ ਮੁਖਾਲਫਤ ਨਹੀਂ ਕੀਤੀ, ਸਾਡੇ ਨਾਲ ਖਲੋ ਰਿਹਾ, ਅਸਾਂ ਇਹਦੀਆਂ ਸਾਰੀਆਂ ਵੈਨੀਆਂ ਕੀਤੀਆਂ, ਆਪਣੀ ਵਾਰੀ ਸਾਡੀਆਂ ਵੈਨੀਆਂ ਕਰੋ, ਤੇ ਹਜ਼ੂਰ ਦੇ ਗੁਲਾਮਾਂ ਦੀ ਵਾਰੀ ਆਵੇ ਤੇ ਵਿੱਚੋਂ ਉਹ ਆਵਾਜ਼ ਕੇ ਕੱਢੋ ਜਿਹੜੀ ਗੱਲ ਤੁਹਾਨੂੰ ਆਪਣੀ ਮਰਜ਼ੀ ਦੀ ਪਈ ਲੱਭਦੀ ਹੈ। ਇਹ ਮੋਮਿਨ ਦੀ ਨਿਸ਼ਾਨੀ, ਸਿਆਬਾ ਦੀ ਸ਼ਾਨ ਤਾਂ ਬੜੀ ਉੱਚੀ ਹੈ, ਇਹ ਆਪਣੀ ਗਵਾਢੀ ਦੇ ਬਾਰੇ ਵੀ ਰੱਬ ਨੂੰ ਨਹੀਂ ਦਿਲ ਲੱਗਦੀ, ਮੇਰੀ ਗੱਲ ਸਮਝ ਆਈ ਨਹੀਂ, ਇਹ ਗਵਾਢੀ ਦੇ ਬਾਰੇ ਵੀ ਰੱਬ ਨੂੰ ਪਸੰਦ, ਕਲਮਾ ਪੜਨ ਵਾਲੇ ਆਮ ਮੁਸਲਮਾਨ ਦੇ ਬਾਰੇ ਵੀ ਰੱਬ ਨੂੰ ਇਹ ਗੱਲ, ਸਿਰਫ ਇਥਾਂ ਗੱਲ ਚਾ ਲਵਿਆ ਤੇ ਅਕੀਦਾ ਪਕਾ ਲਵਿਆ ਕਿ ਆਮ ਮੁਸਲਮਾਨ ਗਵਾਢੀ ਸ਼ਾਰ ਦਾ ਉਸ ਦੇ ਬਾਰੇ ਰੱਬ ਨੂੰ ਗੱਲ ਦਿਲ ਨਾ ਲੱਗਦੀ ਪਈ ਹੋਵੇ ਤੇ ਹਜ਼ੂਰ ਦੇ ਗੁਲਾਮ ਸਿਹਾਬਾ ਦੇ ਬਾਰੇ ਰੱਬ ਨੂੰ ਕਿਵੇਂ ਦਿਲ ਲੱਗਦੀ ਪਈ ਹੋ ਸੀ, ਸਮਝ ਨਹੀਂ ਆਉਣੀ ਲੋਕਾਂ ਨੂੰ ਕਿਵੇਂ ਲੋਕ ਡਗਮਗਾਵੇ।